ਸਤਿ ਸ਼੍ਰੀ ਅਕਾਲ ਜੀ। ਸਾਈਪ੍ਰਸ ਯੂਰਪ ਦੀ ਉਹ ਕੰਟਰੀ ਸੀ ਜਿੱਥੇ ਘੱਟ ਬਜਟ ਵਾਲਾ ਬੱਚਾ ਗਿਆ, ਜਿੱਥੇ ਵਿਦਆਊਟ ਆਇਲਸ ਜਾਂ 4 ਬੈਂਡ 5 ਬੈਂਡ ਵਾਲਾ ਬੱਚਾ ਗਿਆ, ਜਿੱਥੇ ਕਿ ਉਹ ਸਟੂਡੈਂਟ ਜਿਹਦਾ 10 ਸਾਲ 15 ਸਾਲ ਦਾ ਗੈਪ ਸੀ ਜਾਂ ਉਮਰ 35-40 ਸਾਲ ਹੋ ਗਈ ਸੀ, ਬਟ ਕੋਵਿਡ ਦੇ ਦੌਰਾਨ ਸਾਈਪ੍ਰਸ ਨੇ ਆਪਣੇ ਬਾਰਡਰ ਬੰਦ ਕਰਤੇ, ਅੱਜ ਦੀ ਡੇਟ 'ਚ ਸਟੂਡੈਂਟ ਦਾ ਜਾਣਾ ਬੰਦ ਹੋ ਗਿਆ। ਉਸ ਟਾਈਮ ਦੇ ਉੱਤੇ ਓਪਰਚੁਨਿਟੀ ਬਣ ਕੇ ਸਾਹਮਣੇ ਆਇਆ ਯੂਕਰੇਨ, ਯੂਰਪ ਦੀ ਉਹ ਕੰਟਰੀ ਜਿੱਥੇ 1-1.5 ਲੱਖ ਰੁਪਏ 'ਚ ਵੀਜ਼ਾ ਲੱਗਦਾ, ਬਿਨਾਂ ਆਇਲਟਸ ਦੇ ਵੀਜ਼ਾ ਲੱਗਦਾ, 100% ਵੀਜ਼ਾ ਲੱਗਦਾ, ਕੋਈ ਗੈਪ, ਕੋਈ ਉਮਰ, ਕਿਸੇ ਵੀ ਤਰੀਕੇ ਦਾ ਤੁਹਾਡਾ ਪ੍ਰੋਫਾਈਲ ਹੈਗਾ, 1-1.5 ਲੱਖ ਰੁਪਏ ਦੇ ਬਜਟ ਦੇ ਨਾਲ ਤੁਸੀਂ ਵੀ ਯੂਰਪ ਦੀ ਇੱਕ ਉਸ ਕੰਟਰੀ ਜਾ ਸਕਦੇ ਹੋ ਜਿੱਥੇ ਜਾ ਕੇ ਤੁਹਾਡੇ ਕੋਲ ਅੱਗੇ ਟ੍ਰਿਮੈਂਡਸ ਓਪਰਚੁਨਿਟੀਜ਼ ਨੇ ਕਿਤੇ ਵੀ ਮੂਵ ਹੋਣ ਦੀਆਂ। ਸੋ ਯੂਕਰੇਨ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੋ, 1-1.5 ਲੱਖ ਰੁਪਇਆ ਖਰਚ ਕੇ ਸਿਰਫ ਉੱਥੇ ਪਹੁੰਚਣਾ ਚਾਹੁੰਦੇ ਹੋ ਔਰ ਉਸ ਤੋਂ ਬਾਅਦ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਹੋ, ਸਾਡੀ ਕਿਸੇ ਵੀ ਬ੍ਰਾਂਚ ਦੇ ਵਿੱਚ ਵਿਜ਼ਿਟ ਕਰੋ ਜਾਂ ਫੋਨ ਕਰੋ 9-1-61-9-1-67। ਸ਼ੁਕਰੀਆ ਜੀ, ਧੰਨਵਾਦ।